ਸਾਧ ਸੰਗਤ ਜੀ, ਭਾਵੇਂ ਸਮਾਂ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ, ਮੈਂ ਜ਼ਰੂਰੀ ਬੇਨਤੀ ਕਰਨ ਵਾਸਤੇ ਸਮਾਂ ਅੱਜ ਮੰਗ ਕੇ ਵੀ ਲੈਣਾ ਸੀਗਾ। ਨਿਰਮਲ ਸਿੰਘ ਜੀ ਨੂਰ ਨੇ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਦਾ ਇਤਿਹਾਸ ਸੁਣਾਇਆ, 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ, ਉੱਥੇ ਬਾਬਾ ਠਾਕਰ ਸਿੰਘ ਦੀ ਗੱਲ ਕੀਤੀ, ਉੱਥੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਦੀ ਗੱਲ ਕੀਤੀ। ਮੈਂ ਜਿਹੜੀ ਗੱਲ ਕਹਿਣ ਲੱਗਾ, ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ 1982 ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਅਰਦਾਸ ਕੀਤੀ, ਧਰਮ ਯੁੱਧ ਮੋਰਚਾ ਆਰੰਭ ਕੀਤਾ। ਸਾਧ ਸੰਗਤ ਜੀ, ਉਹ ਜਿਹੜਾ ਧਰਮ ਯੁੱਧ ਮੋਰਚਾ ਆਰੰਭ ਕੀਤਾ ਉਹਦਾ ਇਤਿਹਾਸ ਤੁਸੀਂ ਸੁਣਦੇ ਆ ਅਤੇ ਅੱਜ ਵੀ ਨਿਰਮਲ ਸਿੰਘ ਨੂਰ ਨੇ ਤੁਹਾਨੂੰ ਬੜੇ ਵਿਸਥਾਰ ਦੇ ਨਾਲ ਸੁਣਾਇਆ। ਪਰ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਜਿਸ ਸਥਾਨ 'ਤੇ ਅੱਜ ਆਪਾਂ ਬੈਠੇ ਹਾਂ, ਬਾਬਾ ਰਾਮ ਥਮਣ ਜੀ ਦੇ ਤਪ ਸਥਾਨ ਦੇ ਉੱਪਰ, ਇਹ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਜਿਸ ਤਰ੍ਹਾਂ ਬੇਨਤੀ ਕੀਤੀ, ਨਿਰਮਲ ਸਿੰਘ ਨੂਰ ਸਿੰਘ ਜੀ ਦੱਸ ਗਏ ਮੈਂ ਬਹੁਤਾ ਸਮਾਂ ਨਹੀਂ ਲੈਣਾ, ਪਰ ਇਸ ਸਥਾਨ ਦੇ ਉੱਪਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਪੂ ਜਗੀਰ ਸਿੰਘ ਇੱਥੇ ਜਹਿਦਾਰੀ ਕਰਕੇ ਗਏ। ਉੱਥੇ ਦਮਦਮੀ ਟਕਸਾਲ ਦੇ 12ਵੇਂ ਮੁਖੇ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਦੇ ਵਿਦਿਆਰਥੀ ਗਿਆਨੀ ਜੋਗਿੰਦਰ ਸਿੰਘ ਜੀ ਮਹਿਤੇ ਵਾਲੇ ਇੱਥੇ ਜਹਿਦਾਰੀ ਕਰਕੇ ਗਏ। ਇੱਥੇ ਅਮਰ ਸ਼ਹੀਦ ਗਿਆਨੀ ਮੋਹਰ ਸਿੰਘ ਜੀ, ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਬੁੰਗੇ ਦੇ ਕੋਲ ਆਪਣੀਆਂ ਦੋ ਗੁੱਡੀਆਂ ਦੇ ਸਰੀਰ ਨਾਲ ਬੰਬ ਬਣ ਕੇ, ਆਪਣੇ ਘਰ ਵਾਲੀ ਦੇ ਨਾਲ ਸਰੀਰ ਦੇ ਨਾਲ ਬੰਬ ਬਣ ਕੇ, ਆਪਣੇ ਸਰੀਰ ਦੇ ਨਾਲ ਬੰਬ ਬਣ ਕੇ ਉਹ ਟੈਂਕ ਰੋਕਿਆ ਬਾਬਾ ਦੀਪ ਸਿੰਘ ਦੀ ਸਰਾਂ ਦੇ ਜਿੱਥੇ ਬੁੰਗਾ ਹੈ। ਉਹ ਗਿਆਨੀ ਮੋਹਰ ਸਿੰਘ ਜੀ ਇੱਥੇ ਜਹਿਦਾਰ ਰਹੇ। ਜਹਿਦਾਰ ਸਰਜੀਤ ਸਿੰਘ ਜੀ ਸੋਧੀ, ਜਿਹੜੇ ਇੱਥੋਂ ਮੇਰੇ ਉਸਤਾਦ ਪਹਿਲਾਂ ਪ੍ਰਚਾਰ ਕਰਕੇ ਵੀ ਗਏ ਹਨ, 10/1977 ਦੇ ਵਿੱਚ ਇੱਥੇ ਆਇਆ ਸੀ। ਇਹ ਜਹਿਦਾਰ ਬਾਬਾ ਲੱਖਾ ਸਿੰਘ ਜੀ, ਜਿਹੜੇ ਤੁਹਾਨੂੰ ਅੱਜ ਬੁੱਢਾ ਜਰਨੈਲ ਦਿਖਦਾ, 1977 ਦੇ ਵਿੱਚ 10-17 ਕੁ ਸਾਲ ਦੀ ਉਮਰ ਸੀ, ਇਹ ਉਸ ਵੇਲੇ ਵੀ ਬੁੱਢਾ ਸੀ। ਅਸੀਂ ਅੱਜ ਬੁੱਢੇ ਹੋ ਗਏ, ਅੱਜ ਵੀ ਜਰਨੈਲ ਬੁੱਢਾ ਚੜ੍ਹਦੀ ਕਲਾ ਤੁਹਾਡੇ ਸਾਹਮਣੇ ਬੈਠਾ ਹੈ। ਮੈਂ ਇਹ ਗੱਲ ਕਿਉਂ ਕਰਨ ਲੱਗਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ, ਜਿਨ੍ਹਾਂ ਨੌਜਵਾਨਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਇੱਕ ਇੱਕ ਵਜਨ ਦੇ ਉੱਪਰ ਸ਼ਹੀਦੀਆਂ ਪਾਤੀਆਂ। ਸਾਧ ਸੰਗਤ ਜੀ, ਇਸੇ ਹੀ ਸਥਾਨ ਦੇ ਉੱਪਰ ਗਿਆਨੀ ਮੋਹਰ ਸਿੰਘ ਜੀ ਸ਼ਹੀਦ, ਜਿਹੜਾ ਦਮਦਮੀ ਟਕਸਾਲ ਦੇ ਮੁਖੀ ਦਾ ਹੁਕਮ ਮੰਨ ਕੇ ਪੰਥ ਦੀ ਸੇਵਾ ਕਰਦਾ ਸੀ, ਉਹਨੂੰ ਜੇਲ੍ਹ ਵਿੱਚ ਜਾਣਾ ਪੈ ਗਿਆ। ਉਹਨਾਂ ਦੇ ਨਾਲ ਰਹਿਣ ਵਾਲੇ ਸਿੰਘ ਇੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਗਈ, ਕੋਈ 101 ਪਾਠ ਜਪਜੀ ਸਾਹਿਬ ਦਾ ਪਾਠ ਕਰਦੇ ਸਨ। ਮੈਂ ਜਿਸ ਮਨੁੱਖ ਦੀ ਗੱਲ ਕਰਨ ਲੱਗਾ, ਜਿੱਥੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ, ਉੱਥੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ 250 ਪਾਠ ਜਪਜੀ ਸਾਹਿਬ ਦਾ ਨਿਤਨੇਮ ਰੋਜ਼ ਕਰਦਾ ਸੀ। ਸਾਧ ਸੰਗਤ ਜੀ, 250 ਪਾਠ ਜਪਜੀ ਸਾਹਿਬ ਨਿਤਨੇਮ, ਜਿਸ ਮਨੁੱਖ ਨੇ ਕਦੇ 5 ਪਾਠ ਨਾ ਕੀਤੇ ਹੋਣ ਉਸ ਮਨੁੱਖ ਨੂੰ ਨਹੀਂ ਪਤਾ ਲੱਗਦਾ ਪਾਠ ਕਿਸ ਤਰ੍ਹਾਂ ਹੁੰਦਾ ਹੈ। ਸਾਧ ਸੰਗਤ ਜੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਪੰਥ ਦੋਖੀਆਂ ਨੇ ਇਸੇ ਸਥਾਨ ਤੇ ਸ਼ਹੀਦ ਕਰ ਦਿੱਤਾ। ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕਰ ਸਿੰਘ ਨੇ ਬਾਬਾ ਲੱਖਾ ਸਿੰਘ ਨੂੰ ਇਸ ਸਥਾਨ ਦਾ ਜਹਿਦਾਰ ਬਣਾਇਆ। ਉਹ ਸਾਧ ਸੰਗਤ ਜੀ, ਇਹ ਮੈਂ ਗੱਲਾਂ ਇਸ ਕਰਕੇ ਕਰ ਲੱਗਾ, ਜੇ 2-3 ਮਿੰਟ ਵੱਧ ਵੀ ਲੈ ਗਿਆ, ਬਾਬਾ ਲੱਖਾ ਸਿੰਘ ਜੀ ਨੇ ਇਸ ਪੁੱਤਰ ਤੋਂ ਖੇਮਾ ਦਾ ਜੱਜ ਕਹਾ। ਆ ਜਿਹੜੇ ਪਰਿਵਾਰ ਬੈਠੇ ਆ, ਇਹਨਾਂ ਪਰਿਵਾਰਾਂ ਦੇ ਵਿੱਚ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਬਾਬਾ ਜੋਗਿੰਦਰ ਸਿੰਘ ਨੇ ਇੱਕ ਬੰਨੇ ਆਪਣੇ ਪੁੱਤ ਦੀ ਲਾਸ਼ ਜਲ ਰਹੀ ਆ, ਉਹ ਦੂਜੇ ਬੰਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਬਰਨਾਲੇ ਮੁੱਖ ਮੰਤਰੀ ਦਾ ਘਿਰਾਓ ਕੀਤਾ। ਇਸੇ ਹੀ ਪਿੰਡ ਦਾ ਜਹਿਦਰ ਬਾਬਾ ਬਲਕਾਰ
ਕਰਤਾਰ ਸਿੰਘ ਸ਼ਹੀਦ ਹੋਇਆ। ਸਾਧ ਸਿੰਘ ਜੀ ਇੱਥੇ ਹੀ ਬਸ ਨਹੀਂ, ਆ ਨਗਰ ਖਜਾਲੇ ਦੇ ਵਿੱਚ, ਮਨੇਸਾਂ ਦੇ ਵਿੱਚ, ਟੰਡਿਆਂ ਦੇ ਵਿੱਚ ਜਸਵੰਤ ਸਿੰਘ ਜੀ ਆਲੂਵਾਲੀਆ, ਭਜਨ ਸਿੰਘ ਜੀ ਬੰਬ ਨਾਲ ਉੱਡ ਗਿਆ, ਗੁਰਦੀਪ ਸਿੰਘ ਜੀ, ਸਿਪਾਹੀ ਲਖਵਿੰਦਰ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਖਜਾਲਾ, ਉਹ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਡਾਂਗਾ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ। ਜੇ ਉਹਨਾਂ ਸ਼ਹੀਦਾਂ ਦੀ ਅੱਜ ਗੱਲ ਨਹੀਂ ਕਰਾਂਗੇ, ਉਹ ਕੱਲੂ ਨੌਜਵਾਨ ਕਿਹੜੇ ਹੌਸਲੇ ਵਿੱਚ ਦਮ ਦੀ ਟਕਸਾਲ ਦੇ ਮੁਖੀ ਦੇ ਆਖੇ ਲੱਗਣਗੇ। ਮੈਂ ਇਸ ਕਰਕੇ ਸ਼ਹੀਦ ਪਰਿਵਾਰਾਂ ਦੇ ਵਾਸਤੇ ਬੇਨਤੀ ਕਰਨ ਵਾਸਤੇ ਉੱਠਿਆ, ਘਬਰਾਇਆ ਨਾ ਕਰੋ, ਚੜ੍ਹਦੀ ਕਲਾ ਚ ਰਿਹਾ ਕਰੋ। ਜਿੰਨੇ ਦੁਨੀਆਂ ਦੇ ਧਰਮਿਆਂ ਸਾਰੇ ਰੱਬ ਨੂੰ ਮੱਥਾ ਟੇਕਦੇ, ਸਾਰੇ ਹੀ ਧਰਮਾਂ ਉਹ ਸਾਧ ਸੰਗਤ ਜੀ ਜਿਹਨੂੰ ਲੋਕ ਦੀ ਰੱਬ ਮੰਨਦੇ ਆ, ਜਿਹਨੂੰ ਭਗਵਾਨ ਮੰਨਦੇ ਆ, ਜਿਹਨੂੰ ਅੱਲਾ ਮੰਨਦੇ ਆ, ਜਿਹਨੂੰ ਰਾਮ ਮੰਨਦੇ ਆ, ਉਹ ਸ਼ਹੀਦਾਂ ਨੂੰ ਨਮਸਕਾਰ ਕਰਦਾ। ਜਿਸ ਭੈਣ ਦਾ ਭਾਈ ਸ਼ਹੀਦ ਹੋਇਆ, ਜੇ ਸਾਡੀ ਭੈਣ ਦਾ ਸੁਹਾਗ ਸ਼ਹੀਦ ਹੋਇਆ, ਜਿਸ ਮਾਂ ਦਾ ਪੁੱਤ ਸ਼ਹੀਦ ਹੋਇਆ, ਉਹਨਾਂ ਸ਼ਹੀਦਾਂ ਨੂੰ ਰੱਬ ਨਮਸਕਾਰ ਕਰਦਾ, ਅਸੀਂ ਵੀ ਨਮਸਕਾਰ ਕਰਦੇ ਹਾਂ। ਬਾਬਾ ਲੱਖਾ ਸਿੰਘ ਦੀ ਉਮਰ ਜਿੱਥੇ ਚੜ੍ਹਦੀ ਕਲਾ ਸੀ ਤੰਦਰੁਸਤ ਹੈ, ਅੱਜ ਵੀ ਸਾਰੀ ਅਗਵਾਈ ਆਪ ਕਰ ਰਹੇ ਹਨ। ਮੈਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੱਲੋਂ ਤੁਹਾਡੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ, ਸ਼ਹੀਦ ਪਰਿਵਾਰਾਂ ਨੂੰ ਵਿਸ਼ਵਾਸ ਵੀ ਦਵਾਉਣਾ ਕਿ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਊਗਾ। ਤੁਸੀਂ ਮਤਾਓ, ਭੈਣੋ, ਬਜ਼ੁਰਗੋ, ਬੱਚਿਓ, ਆ ਖਜਾਲੇ ਪਿੰਡ ਦੇ 30-40 ਸਿੰਘ ਇੱਕੋ ਪਿੰਡ ਦੇ ਸ਼ਹੀਦ ਹੋ ਚੁੱਕੇ ਆ, ਉਹਨਾਂ ਸਾਰੇ ਸ਼ਹੀਦਾਂ ਨੂੰ ਨਮਸਕਾਰ ਕਰਦਾ ਹੋਇਆ ਅੱਜ ਸੱਚੀ ਸ਼ਰਧਾ ਬਾਬਾ ਰਾਮਦਮਨ ਤਪ ਸਥਾਨ ਤੇ ਇਹ ਹੀ ਹੋਵੇਗੀ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਨੇ ਜਿਹੜਾ ਮੋਰਚਾ ਲਾਇਆ ਸੀ, ਆ ਨਗਰ ਖਜਾਲਾ ਮਨੇਸਾ ਟੰਡੇ, ਇਹ ਇਲਾਕਾ ਸਭ ਤੋਂ ਪਹਿਲੇ ਨੰਬਰ ਤੇ ਖੂਨ ਡੋਲਣ ਤੇ ਜਵਾਨੀਆਂ ਨੇ, ਜਵਾਨ ਪੁੱਤਾਂ ਨੇ, ਮਾਵਾਂ ਨੇ, ਇਸ ਪਿੰਡ ਦੇ ਲੋਕਾਂ ਨੇ ਸ਼ਹੀਦੀਆਂ ਪਾਈਆਂ। ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦਾ ਹੋਇਆ ਮੈਂ ਇੱਕ ਬੇਨਤੀ ਖੀਰ ਚ ਕਰਨ ਲੱਗਾ। ਨਿਰਮਲ ਸਿੰਘ ਜੀ ਨੂਰ, ਬੀਬੀ ਦਲੇਰ ਕੌਰ, ਤੁਹਾਨੂੰ ਹੁਣੇ ਇੱਕ ਕਿਤਾਬ ਦਿੰਦੇ ਹਾਂ, ਸੁਹਿਰਦ ਸੰਤ ਖਾਲਸਾ। ਉੱਥੇ ਕੋਈ ਇੱਕ ਜਰਨਲ ਨਹੀਂ ਗਿਆ ਸੀ, ਉੱਥੇ ਸਾਧ ਸਿੰਘ ਜੀ ਜਿਸ ਜਰਨਲ ਨੇ ਕਿੰਨੇ ਕਿੰਨੇ ਟੈਂਕ ਅੰਦਰ ਵਾੜੇ, ਜਰਨਲ ਸਵੇਗ ਸਿੰਘ ਨੇ ਟੈਂਕ ਦਾੜਾਏ 15-15 ਮਿੰਟ ਬਾਅਦ ਦਾ, ਉਹਨਾਂ ਜਰਨਲਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਆ, ਉਸ ਕਿਤਾਬ 'ਚ ਲਿਖੀਆਂ। ਮੈਂ ਦੋਨਾਂ ਢਾਡੀਆਂ ਤੁਹਾਨੂੰ ਹੁਣੇ ਹੀ ਕਿਤਾਬ ਦੇਵਾਂਗਾ ਕੁਝ ਮਿੰਟਾਂ ਬਾਅਦ, ਉਹ ਕਿਤਾਬ ਪੜ੍ਹੋ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਲਿਖੀ, ਜਿਹਨੇ ਬਾਬਾ ਜਰਨੈਲ ਸਿੰਘ ਖਾਲਸਾ ਨਾਲ 11 ਸਾਲ ਨਾ ਰਹਿ ਕੇ ਖੇਤੀ ਕੀਤੀ, ਅੰਦਰਲਾ ਇਤਿਹਾਸ ਜਿਹੜਾ 15-15 ਮਿੰਟ ਬਾਅਦ ਕਿਸ ਤਰ੍ਹਾਂ ਕਮਾਂਡੋ ਆਏ, ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਕਬਰਿਆਂ ਤੇ ਪੈਰ ਨਹੀਂ ਧਰਨ ਦਿੱਤਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ